पूरे पंजाब दे विच केंद्र सरकार दे खिलाफ खेती ऑर्डिनेंस बिल दे विरोध विच किसान जथेबंदियां वल्लों धरने दिते जा रहे हन। इसे दे चलदियां जिला गुरदासपुर दे कस्बा पुराना शाला विच किसानां दे वल्लों केंद्र सरकार दे खिलाफ धरना दिता गया। प्रधानमंत्री नरेंद्र मोदी दा पुतला साड़िया गया ते मोदी सरकार दे खिलाफ चमके नारेबाजी की गई। इस मौके किसान आगुआ ने कहा कि इस ऑर्डिनेंस बिल आउण नाल किसान तबाह हो जाणगे, जिम्मेदार खत्म हो जाणगे। यह बिल किसान विरोधी ने। उन्होंने मांग की कि केंद्र सरकार इस ऑर्डिनेंस बिल नूं रद्द करे, जो मंडीकरण के पहलों वाले असूल ने उही चालू रहन, इस दे नाल ही किसान नूं बचाया जा सकता है। ਦਾ ਪੁਤਲਾ ਇਸੇ ਚੀਜ਼ ਨੂੰ ਲੈ ਕੇ ਖੋਤਿਆ ਮਤਲਬ ਫੂਕਿਆ ਗਿਆ ਵਾ ਕਿ ਜਿਸ ਤਰ੍ਹਾਂ ਜਿਹੜੀ ਮੋਦੀ ਸਰਕਾਰ ਆ ਇਹਦਾ ਕਾਰਪੋਰੇਟ ਘਰਾਣਿਆਂ ਦੇ ਨਾਲ ਜਿਹੜਾ ਵਾ ਉਹ ਯਰਾਨਾ ਵਾ ਸਾਂਝ ਆ, ਉਹਨਾਂ ਨੂੰ ਬੜਾਵਾ ਦੇਣ ਵਾਸਤੇ ਇਹਨਾਂ ਨੇ ਜਿਹੜੀ ਆ ਸਾਡੀ ਇਹ ਜਿਹੜੀ ਸਰਕਾਰੀ ਮੰਡੀਕਰਨ ਆ ਇਹਨੂੰ ਖਤਮ ਕਰ ਦਿੱਤਾ ਵਾ। ਭਾਵੇਂ ਕਿ ਸਾਨੂੰ ਇਹ ਸਾਨੂੰ ਕਿਸਾਨਾਂ ਨੂੰ ਬੁੱਧੂ ਬਣਾਉਣ ਵਾਸਤੇ ਇਹਨਾਂ ਕਹਿਤਾ ਜੀ ਅਸੀਂ MSP ਦੇ ਵਿੱਚ ਵੀ 50 ਰੁਪਈਏ ਵਾਧਾ ਕਰਤਾ ਵਾ, ਪਰ ਇਹ ਟੋਟਲੀ ਜਿਹੜਾ ਵਾ ਇਹ ਛੋਟਾ ਦੁਕਾਨਦਾਰ ਮਜ਼ਦੂਰ ਅਤੇ ਕਿਸਾਨ ਜਿਹੜਾ ਵਾ ਉਹਦੀ ਰੋਜ਼ੀ ਦੇ ਵਿੱਚ ਸਿੱਧੀ ਲਾਤਾ, ਉਹਦੇ 'ਤੇ ਸਿੱਧਾ ਹਮਲਾ ਵਾ, ਜਿਹਦੇ ਕਰਕੇ ਅਸੀਂ ਇਸ ਨੂੰ ਰੋਕਣ ਵਾਸਤੇ ਜਿਹੜੇ ਇਹ ਬਿੱਲ ਆ ਜਿਹੜੇ ਆ ਪਾਸ ਕੀਤੇ ਗਏ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅੱਜ ਜਿਹੜਾ ਵਾ ਅਸੀਂ ਇਹ ਪ੍ਰੋਟੈਸਟ ਕੀਤਾ, ਔਰ ਲੰਬੇ ਸਮੇਂ ਵਾਸਤੇ ਇਹ ਪ੍ਰੋਟੈਸਟ ਸਾਡਾ ਜਿਹੜਾ ਵਾ ਇਹ ਚੱਲ ਰਿਹਾ। ਇਹ ਸੰਘਰਸ਼ ਉਦੋਂ ਤੱਕ ਚੱਲੇਗਾ ਜਦ ਤੱਕ ਇਹ ਜਿਹੜੇ ਪਾਸ ਕੀਤੇ ਹੋਏ ਬਿੱਲ ਆ ਰੱਦ ਨਹੀਂ ਹੋਣਗੇ, ਤਦ ਤੱਕ ਅਸੀਂ ਇਹ ਜਿਹੜਾ ਸੰਘਰਸ਼ ਆ ਇਹਨੂੰ ਚਾਲੂ ਰੱਖਾਂਗੇ। ਇਸੇ ਤਰ੍ਹਾਂ ਅੱਜ ਦਾ ਪ੍ਰੋਟੈਸਟ ਜਿਹੜਾ ਕੀਤਾ ਵਾ ਇਹ ਕਿਸਾਨ ਵਿਰੋਧੀ ਜਿਹੜੇ ਆਰਡੀਨੈਂਸ ਆਏ ਆ ਮੋਦੀ ਸਰਕਾਰ ਲੈ ਗਏ ਉਹਦੇ ਸੰਬੰਧ ਵਿੱਚ ਸੀਗੇ, ਕਿਉਂਕਿ ਜੇ ਐਡੇ ਭਿਆਨਕ ਆਰਡੀਨੈਂਸ ਨੇ ਜਿਨ੍ਹਾਂ ਦਾ ਜਿਹੜਾ ਵਾ ਅੰਦਾਜ਼ਾ ਲਾਉਣਾ ਮੁਸ਼ਕਲ ਆ, ਕਿਉਂਕਿ ਹੁਣ ਤਾਂ ਆਰਡੀਨੈਂਸ ਜਾਰੀ ਕੀਤੇ ਨੇ ਅਤੇ ਇੱਕ ਲੋਕਾਂ ਦੇ ਵਿੱਚ ਅੱਖੀਂ ਘੱਟਾ ਪਾਉਣ ਵਾਸਤੇ ਸੈਂਟਰ ਸਰਕਾਰ ਨੇ 50 ਰੁਪਈਏ ਵਧਾਏ ਵੀ ਆ, ਪਰ ਉਹ ਵਧਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਦੋਂ ਮੰਡੀ ਟੁੱਟ ਗਈ ਮੰਡੀ ਦੇ ਵਿੱਚ MSP ਰਹਿਣੀ ਨਹੀਂ, ਕੋਈ ਖਰੀਦਦਾਰ ਸਾਡੇ ਆਉਣਾ ਨਹੀਂ, ਨਾ FCI ਰਹਿਣੀ ਹੈ, ਨਾ ਪਨਗ੍ਰਿੰਨ, ਕੁਛ ਇਹ ਨਹੀਂ ਵੀ ਸਾਡਾ ਝੋਨਾ ਨਹੀਂ ਚੁੱਕਣਾ, ਨਾ ਸਾਡੀ ਕਣਕ ਚੁੱਕਣੀ ਆ। ਇਸ ਕਰਕੇ ਜਿਹੜੇ MSP ਇਹਨਾਂ ਤੈਅ ਕੀਤੇ ਆ ਇਹ 1000-1000 ਨੂੰ ਲੋਕਾਂ ਝੋਨਾ ਵਿਕਿਆ ਕਰੂ, 7-8 ਸੌ ਨੂੰ ਕਣਕ ਵਿਕਿਆ ਕਰੂਗੀ, ਅਤੇ ਇਸ ਕਰਕੇ ਅਸੀਂ ਸਾਰੇ ਕਿਸਾਨਾਂ ਨੂੰ ਲਾਮਬੰਦ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਧਰਨਿਆਂ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ 30 ਨੇ ਉਹਨਾਂ ਜਿਹੜਾ ਕਾਲ ਦਿੱਤੀ ਆ ਬੰਦ ਦੀ 25 ਤਰੀਕ ਨੂੰ, ਅਤੇ ਜਿੰਨੇ ਧਰਨੇ ਦੇ ਗਾਲੀ ਸਾਨੂੰ ਹੁਕਮ ਲਾਉਣਗੀਆਂ ਪਾਰਟੀਆਂ ਉਸੇ ਤਹਿਤ ਜਿਹੜੇ ਆ ਇਹ ਧਰਨੇ ਜਾਰੀ ਰਹਿਣਗੇ, ਜਿੰਨਾ ਚਿਰ ਸਾਡੇ ਆਰਡੀਨੈਂਸ ਕੈਂਸਲ ਨਹੀਂ ਹੁੰਦੇ ਉਹਨਾਂ ਜਿਹੜੇ ਕਿਸਾਨ ਜਥੇਬੰਦੀਆਂ ਇਹਦਾ ਮੋਢੇ ਨਾਲ ਮੋਢਾ ਲਾ ਕੇ ਮੋਦੀ ਦਾ ਪਿੱਟ ਸਿਆਪਾ ਕਰਦੀਆਂ ਰਹਿਣਗੀਆਂ। ਗੁਰਦਾਸਪੁਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ।